ਨਹੀਂ ਹੈ ਸ਼ਹਿਰ ਦੇ ਬੜੇ ਸ਼ਹਿਰ 'ਚ ਰਹੇ ਨਾ, ਮਤਲਬ ਇੱਕ ਤਲਾਬ ਬਣਾਉਣ ਦੀ ਜ਼ਰੂਰਤ ਆ ਉਰੇ, ਸਾਰਾ ਪਾਣੀ ਉਸ 'ਚ ਜਾਏਗਾ, ਆਪ ਹੀ ਸੁੱਕ ਜਾਂਦਾ, ਮਤਲਬ ਤਲਾਬ ਨਹੀਂ ਅੱਛਾ ਰਹੇਗਾ, ਸਾਰਾ ਸਾਹਿਬ ਡੁੱਬਿਆ ਇਸ ਟਾਈਮ ਤੁਸੀਂ ਆਏ ਹੋ? ਹਾਂਜੀ, ਦੁੱਧ ਲੈਣ ਗਏ ਸੀ? ਹਾਂਜੀ, ਦੁੱਧ ਵਾਲੇ ਤੱਕ ਸਾਰਾ ਪਾਣੀ ਖੜਾ, ਬੁਰਾ ਹਾਲ ਬਾਜ਼ਾਰ ਦਾ, ਬਹੁਤ ਬੁਰਾ ਹਾਲ ਹੈ। ਇਹ ਤਾਂ ਬੜੇ ਬੜਿਆਂ ਨੂੰ ਚਾਹੀਦਾ ਹੈ, ਜਿਹੜੇ MLA ਉਰੇ ਕਿ ਜਿਹੜੇ ਵੀ ਆ, ਕੁਛ ਤਾਂ ਬਣਾਉਣਾ ਚਾਹੀਦਾ, ਇੱਕ ਤਲਾਬ ਹੋ ਤਾਂ ਉਹ ਵੀ ਮਤਲਬ ਬਹੁਤ ਆਰਾਮ ਰਹੇਗਾ ਜਨਤਾ ਨੂੰ। ਹਾਲਾਤ ਬਹੁਤ ਖਰਾਬ ਹੈ ਜੀ, ਹਰ ਸਾਲ ਸਾਫ ਸਫਾਈ ਹੁੰਦੀ ਹੈ ਪਰ ਕੋਈ ਫਾਇਦਾ ਨਹੀਂ ਹੈ ਸਾਫ ਸਫਾਈ ਕਾ, ਜਿਸ ਕਾ ਵੀ ਕੋਈ ਸੀਵਰੇਜ ਨਹੀਂ ਹੈ ਜੀ, ਕੋਈ ਮਤਲਬ ਰੁਕ ਜਾਂਦੇ ਆ ਸੀਵਰੇਜ ਵੀ, ਕੋਈ ਚੰਗੀ ਤਰ੍ਹਾਂ ਸਫਾਈ ਨਹੀਂ ਹੈ। ਕਮੇਟੀ ਕੋਈ ਸਰਕਾਰ ਨੂੰ ਚਾਹੀਦਾ ਜੀ, ਦੁਕਾਨਦਾਰ ਦਾ ਕਿੰਨਾ ਨੁਕਸਾਨ ਹੋ ਰਿਹਾ? ਦੁਕਾਨਦਾਰ ਦਾ ਨੁਕਸਾਨ ਹੈ ਜੀ, ਬਾਰਿਸ਼ ਜ਼ਿਆਦਾ ਪਾਣੀ ਖੜ ਜਾਂਦਾ ਜੀ, ਸ਼ਟਰਾਂ ਗਿਰ ਕੇ ਬੰਦ ਜਾਣਾ ਪੜ ਜਾ ਜੀ, ਨਹੀਂ ਤਾਂ ਸਾਰਾ ਸਮਾਨ ਕਿੱਲਾ ਹੋ ਜਾਂਦਾ ਜੀ। ਦੁਕਾਨਾਂ 'ਤੇ ਇਸ ਕ੍ਰਿਸ਼ਨਾ ਮਾਰਕੀਟ ਦੇ ਅੰਦਰ ਕੀ ਪੁਜੀਸ਼ਨ? ਕ੍ਰਿਸ਼ਨਾ ਮਾਰਕੀਟਿੰਗ ਅੰਦਰ ਬਹੁਤ ਬੁਰਾ ਹਾਲ ਹੈ ਜੀ, ਬਹੁਤ ਹੀ ਬੁਰਾ ਹਾਲ ਹੈ, ਜੋ ਆਪਣਾ ਬੰਦ ਕਰੀਏ ਸ਼ਟਰ ਤਾਂ ਸਾਰੀ ਦੁਕਾਨਾਂ ਦੇ ਅੰਦਰ ਪਾਣੀ ਜਾਂਦਾ ਜੀ। ਦੁਕਾਨਦਾਰਾਂ ਦਾ ਪੈਸੇ ਦਾ ਨੁਕਸਾਨ ਹੁੰਦਾ? ਪੈਸੇ ਦਾ ਨੁਕਸਾਨ ਹੁੰਦਾ ਜੀ, ਚੀਜ਼ਾਂ ਦਾ ਨੁਕਸਾਨ ਹੁੰਦਾ ਜੀ, ਗੱਡੇ ਸੜਕੋਂ ਤੋਂ ਗੱਡੇ ਬਹੁਤ ਹੈ ਜੀ, ਲੋਕ ਗਿਰਦੇ ਵੀ ਖੱਡਿਆਂ ਦੇ ਵਿੱਚ ਗਿਰਦੇ ਜੀ, ਅਭੀ ਰਿਕਸ਼ਾ ਵਾਲਾ ਗਿਰ ਗਿਆ ਜੀ, ਬੱਚੇ ਦੀ ਚੋਟ ਆਈ ਹੈ ਜੀ। ਖਾਸ ਤੌਰ 'ਤੇ ਔਰਤਾਂ ਨੂੰ ਕਿੰਨੀ ਮੁਸ਼ਕਿਲ ਆਉਂਦੀ ਹੈ? ਬਹੁਤ ਮੁਸ਼ਕਿਲ ਹੈ ਜੀ, ਬਾਰਿਸ਼ ਕੇ ਉਸਮੇ ਤਾਂ ਬਹੁਤ ਹੀ ਮੁਸ਼ਕਿਲ ਹੈ ਜੀ। ਮਾਣਾ ਸ਼ਹਿਰ 'ਚ ਬੀਤੇ ਰਾਤ ਆ ਜਿਹੜੀ ਬਰਸਾਤ ਹੋ ਰਹੀ ਹੈ, ਬਰਸਾਤ ਨੇ ਦਲਦਲ ਕਰਤਾ ਸ਼ਹਿਰ ਨੂੰ। ਮਾਣਾ ਦੀ ਕ੍ਰਿਸ਼ਨਾ ਮਾਰਕੀਟ ਨੂੰ ਤੁਸੀਂ ਦੇਖ ਸਕਦੇ ਹੋ, ਦੁਕਾਨਾਂ ਬੰਦ ਪਈਆਂ, ਔਰ ਜਿਹੜਾ ਬਰਸਾਤ ਦਾ ਪਾਣੀ ਹੈ ਦੁਕਾਨਾਂ 'ਤੇ ਦਾਖਲ ਹੋ ਗਿਆ। ਇਸ ਪਾਸੇ ਬੱਸ ਸਟੈਂਡ ਹੈ, ਬੱਸ ਸਟੈਂਡ ਕੇ ਅੰਦਰ ਪਾਣੀ ਖੜਿਆ, ਸਵਾਰੀਆਂ ਜਬ ਆ ਰਹੀਆਂ ਉਹ ਕਿੰਨੇ ਮੁਸ਼ਕਿਲ ਸਾਹਮਣਾ ਕਰ ਰਹੇ। ਸਮਾਣਾ ਸ਼ਹਿਰ ਦਾ ਕੋਈ ਬਾਜ਼ਾਰ ਨਹੀਂ, ਕੋਈ ਸੜਕ ਨਹੀਂ, ਕੋਈ ਕਲੋਨੀ ਨਹੀਂ ਜਿੱਥੇ ਬਰਸਾਤ ਦਾ ਪਾਣੀ ਨਹੀਂ ਖੜਿਆ ਹੋਇਆ। ਸੀਵਰੇਜ ਬੋਰਡ ਵੱਲੋਂ ਸੀਵਰੇਜ ਦੇ ਜਿਹੜੇ ਉਹਨਾਂ ਸਫਾਈ ਨਹੀਂ ਕੀਤੇ ਗਏ, ਉਹਦੇ ਨਾਲੇ ਉਹ ਬਰਸਾਤ ਦੇ ਕੰਨ ਤੋਂ ਭਰੇ ਪਏ ਹੈ। ਪਾਣੀ ਦੀ ਨਿਕਾਸੀ ਕਿੱਧਰ ਹੋਵੇਗੀ? ਸ਼ਾਮ ਸਵੇਰੇ ਮਾਮੂਲੀ ਸੀ ਬਰਸਾਤ 15 ਮਿੰਟ ਆਉਂਦੀ ਸੀ, ਤਾਂ ਸਾਰਾ ਦਿਨ ਪਾਣੀ ਉਤਰਦਾ ਸੀ, ਅੱਜ ਤੋਂ ਬਰਸਾਤ 4 ਘੰਟੇ ਤੋਂ ਵੱਧ ਵਕਤ ਹੋ ਗਿਆ, ਜਿਸਦੇ ਕਰਕੇ ਪੂਰਾ ਸ਼ਹਿਰ ਦਲਦਲ ਹੋ ਗਿਆ। ਲੇਕਿਨ ਪਿਛਲੇ 40 ਸਾਲ ਤੋਂ ਇਸ ਸ਼ਹਿਰ ਦੇ ਲੋਕ ਇਸ ਸਮੱਸਿਆ ਤੋਂ ਜੂਝ ਰਹੇ ਹਨ, ਲੇਕਿਨ ਸਰਕਾਰਾਂ ਵੱਲੋਂ ਕਿਸੇ ਪਾਸੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਦੁਕਾਨਦਾਰਾਂ ਦਾ ਅਤੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ। ਸ਼ਹਿਰ ਦੇ ਬੜੇ ਸ਼ਹਿਰ 'ਚ ਰਹੇ ਨਾ, ਮਤਲਬ ਇੱਕ ਤਲਾਬ ਬਣਾਉਣ ਦੀ ਜ਼ਰੂਰਤ ਆ ਉਰੇ, ਸਾਰਾ ਪਾਣੀ ਉਸ 'ਚ ਜਾਏਗਾ, ਆਪ ਹੀ ਸੁੱਕ ਜਾਂਦਾ, ਮਤਲਬ ਤਲਾਬ ਨਹੀਂ ਅੱਛਾ ਰਹੇਗਾ, ਸਾਰਾ ਸਾਹਿਬ ਡੁੱਬਿਆ ਇਸ ਟਾਈਮ ਤੁਸੀਂ ਆਏ ਹੋ? ਹਾਂਜੀ, ਦੁੱਧ ਲੈਣ ਗਏ ਸੀ? ਹਾਂਜੀ, ਦੁੱਧ ਵਾਲੇ ਤੱਕ ਸਾਰਾ ਪਾਣੀ ਖੜਾ, ਬੁਰਾ ਹਾਲ ਬਾਜ਼ਾਰ ਦਾ, ਬਹੁਤ ਬੁਰਾ ਹਾਲ ਹੈ। ਇਹ ਤਾਂ ਬੜੇ ਬੜਿਆਂ ਨੂੰ ਚਾਹੀਦਾ ਹੈ, ਜਿਹੜੇ MLA ਉਰੇ ਕਿ ਜਿਹੜੇ ਵੀ ਆ, ਕੁਛ ਤਾਂ ਬਣਾਉਣਾ ਚਾਹੀਦਾ, ਇੱਕ ਤਲਾਬ ਹੋ ਤਾਂ ਉਹ ਵੀ ਮਤਲਬ ਬਹੁਤ ਆਰਾਮ ਰਹੇਗਾ ਜਨਤਾ ਨੂੰ। ਹਾਲਾਤ ਬਹੁਤ ਖਰਾਬ ਹੈ ਜੀ, ਹਰ ਸਾਲ ਸਾਫ ਸਫਾਈ ਹੁੰਦੀ ਹੈ ਪਰ ਕੋਈ ਫਾਇਦਾ ਨਹੀਂ ਹੈ ਸਾਫ ਸਫਾਈ ਕਾ, ਜਿਸ ਕਾ ਵੀ ਕੋਈ ਸੀਵਰੇਜ ਨਹੀਂ ਹੈ ਜੀ, ਕੋਈ ਮਤਲਬ ਰੁਕ ਜਾਂਦੇ ਆ ਸੀਵਰੇਜ ਵੀ, ਕੋਈ ਚੰਗੀ ਤਰ੍ਹਾਂ ਸਫਾਈ ਨਹੀਂ ਹੈ। ਕਮੇਟੀ ਕੋਈ ਸਰਕਾਰ ਨੂੰ ਚਾਹੀਦਾ ਜੀ, ਦੁਕਾਨਦਾਰ ਦਾ ਕਿੰਨਾ ਨੁਕਸਾਨ ਹੋ ਰਿਹਾ? ਦੁਕਾਨਦਾਰ ਦਾ ਨੁਕਸਾਨ ਹੈ ਜੀ, ਬਾਰਿਸ਼ ਜ਼ਿਆਦਾ ਪਾਣੀ ਖੜ ਜਾਂਦਾ ਜੀ, ਸ਼ਟਰਾਂ ਗਿਰ ਕੇ ਬੰਦ ਜਾਣਾ ਪੜ ਜਾ ਜੀ, ਨਹੀਂ ਤਾਂ ਸਾਰਾ ਸਮਾਨ ਕਿੱਲਾ ਹੋ ਜਾਂਦਾ ਜੀ। ਦੁਕਾਨਾਂ 'ਤੇ ਇਸ ਕ੍ਰਿਸ਼ਨਾ ਮਾਰਕੀਟ ਦੇ ਅੰਦਰ ਕੀ ਪੁਜੀਸ਼ਨ? ਕ੍ਰਿਸ਼ਨਾ ਮਾਰਕੀਟਿੰਗ ਅੰਦਰ ਬਹੁਤ ਬੁਰਾ ਹਾਲ ਹੈ ਜੀ, ਬਹੁਤ ਹੀ ਬੁਰਾ ਹਾਲ ਹੈ, ਜੋ ਆਪਣਾ ਬੰਦ ਕਰੀਏ ਸ਼ਟਰ ਤਾਂ ਸਾਰੀ ਦੁਕਾਨਾਂ ਦੇ ਅੰਦਰ ਪਾਣੀ ਜਾਂਦਾ ਜੀ। ਦੁਕਾਨਦਾਰਾਂ ਦਾ ਪੈਸੇ ਦਾ ਨੁਕਸਾਨ ਹੁੰਦਾ? ਪੈਸੇ ਦਾ ਨੁਕਸਾਨ ਹੁੰਦਾ ਜੀ, ਚੀਜ਼ਾਂ ਦਾ ਨੁਕਸਾਨ ਹੁੰਦਾ ਜੀ, ਗੱਡੇ ਸੜਕੋਂ ਤੋਂ ਗੱਡੇ ਬਹੁਤ ਹੈ ਜੀ, ਲੋਕ ਗਿਰਦੇ ਵੀ ਖੱਡਿਆਂ ਦੇ ਵਿੱਚ ਗਿਰਦੇ ਜੀ, ਅਭੀ ਰਿਕਸ਼ਾ ਵਾਲਾ ਗਿਰ ਗਿਆ ਜੀ, ਬੱਚੇ ਦੀ ਚੋਟ ਆਈ ਹੈ ਜੀ। ਖਾਸ ਤੌਰ 'ਤੇ ਔਰਤਾਂ ਨੂੰ ਕਿੰਨੀ ਮੁਸ਼ਕਿਲ ਆਉਂਦੀ ਹੈ? ਬਹੁਤ ਮੁਸ਼ਕਿਲ ਹੈ ਜੀ, ਬਾਰਿਸ਼ ਕੇ ਉਸਮੇ ਤਾਂ ਬਹੁਤ ਹੀ ਮੁਸ਼ਕਿਲ ਹੈ ਜੀ। ਮਾਣਾ ਸ਼ਹਿਰ 'ਚ ਬੀਤੇ ਰਾਤ ਆ ਜਿਹੜੀ ਬਰਸਾਤ ਹੋ ਰਹੀ ਹੈ, ਬਰਸਾਤ ਨੇ ਦਲਦਲ ਕਰਤਾ ਹੈ ਸ਼ਹਿਰ ਨੂੰ। ਮਾਣਾ ਦੀ ਕ੍ਰਿਸ਼ਨਾ ਮਾਰਕੀਟ ਨੂੰ ਤੁਸੀਂ ਦੇਖ ਸਕਦੇ ਹੋ, ਦੁਕਾਨਾਂ ਬੰਦ ਪਈਆਂ, ਔਰ ਜਿਹੜਾ ਬਰਸਾਤ ਦਾ ਪਾਣੀ ਹੈ ਦੁਕਾਨਾਂ 'ਤੇ ਦਾਖਲ ਹੋ ਗਿਆ। ਇਸ ਪਾਸੇ ਬੱਸ ਸਟੈਂਡ ਹੈ, ਬੱਸ ਸਟੈਂਡ ਕੇ ਅੰਦਰ ਪਾਣੀ ਖੜਿਆ, ਸਵਾਰੀਆਂ ਜਬ ਆ ਰਹੀਆਂ ਉਹ ਕਿੰਨੇ ਮੁਸ਼ਕਿਲ ਸਾਹਮਣਾ ਕਰ ਰਹੇ। ਸਮਾਣਾ ਸ਼ਹਿਰ ਦਾ ਕੋਈ ਬਾਜ਼ਾਰ ਨਹੀਂ, ਕੋਈ ਸੜਕ ਨਹੀਂ, ਕੋਈ ਕਲੋਨੀ ਨਹੀਂ ਜਿੱਥੇ ਬਰਸਾਤ ਦਾ ਪਾਣੀ ਨਹੀਂ ਖੜਿਆ ਹੋਇਆ। ਸੀਵਰੇਜ ਬੋਰਡ ਵੱਲੋਂ ਸੀਵਰੇਜ ਦੇ ਜਿਹੜੇ ਉਹਨਾਂ ਸਫਾਈ ਨਹੀਂ ਕੀਤੇ ਗਏ, ਉਹਦੇ ਨਾਲੇ ਉਹ ਬਰਸਾਤ ਦੇ ਕੰਨ ਤੋਂ ਭਰੇ ਪਏ ਹੈ। ਪਾਣੀ ਦੀ ਨਿਕਾਸੀ ਕਿੱਧਰ ਹੋਵੇਗੀ? ਸ਼ਾਮ
ਸਵੇਰੇ ਮਾਮੂਲੀ ਸੀ ਬਰਸਾਤ 15 ਮਿੰਟ ਆਉਂਦੀ ਸੀ ਅਤੇ ਸਾਰਾ ਦਿਨ ਪਾਣੀ ਉਤਰਦਾ ਸੀ। ਅੱਜ ਤੋਂ ਬਰਸਾਤ 4 ਘੰਟੇ ਤੋਂ ਵੱਧ ਵਕਤ ਹੋ ਗਿਆ, ਜਿਸਦੇ ਕਰਕੇ ਪੂਰਾ ਸ਼ਹਿਰ ਦਲਦਲ ਹੋ ਗਿਆ। ਲੇਕਿਨ ਪਿਛਲੇ 40 ਸਾਲ ਤੋਂ ਇਸ ਸ਼ਹਿਰ ਦੇ ਲੋਕ ਇਸ ਸਮੱਸਿਆ ਤੋਂ ਜੂਝ ਰਹੇ ਹਨ, ਲੇਕਿਨ ਸਰਕਾਰਾਂ ਵੱਲੋਂ ਕਿਸੇ ਪਾਸੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਦੁਕਾਨਦਾਰਾਂ ਦਾ ਅਤੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ।